बरसात दे पानी नाल डुब्या फगवाड़ा शहर, प्रशासन सुता कुंभकर्णी नींद, जगह जगह खड़े पानी नाल लोग हो रहे परेशान। दुकानदारां वल्लों भी अपनी दुकानां चों समान चक दे दित्ते दिखाई, देखो लाइव तस्वीरां। फगवाड़ा दे विच कल सवेर तों लैके रात तक इन्नी बरसात हो रही आ, अज आ गोजलां नूं आ देखो दुकानदारां दा कपड़े किन्ने आप ही दुकानदार लैके जा रहे आ। एक बन्ने सरकार आप दी कहिंदी सी वी असीं बड़ा इत्थे डिवेलपमेंट करांगे, भवन मान जी विकास आ, विकास शहर दे विच सड़कां दा बुरा हाल आ, हरियाबाद तों लैके फगवाड़े सड़क नहीं बनी, बंगा रोड दे टोए एडे एडे आ, शहर दे विच अज हाल देखो आ, संडे आ दिनां ਵੀ ਕੋਈ ਵੀ ਮੁਲਾਜ਼ਮ ਨਹੀਂ ਇਹਨਾਂ ਵੀ ਇੱਥੇ ਸੀਵਰੇਜ ਖੋਲ੍ਹ ਕੇ। ਮੈਂ ਆਪਣੇ ਟਾਈਮ 'ਤੇ ਕਾਰਪੋਰੇਸ਼ਨ ਦੇ ਮੇਅਰ ਦੇ ਤੌਰ 'ਤੇ ਇੱਥੇ ਕੰਮ ਕਰਦਾ ਰਿਹਾ, ਔਰ ਮੈਂ ਵਿਸ਼ਵਾਸ ਹੋਇਆ ਸੀ ਵੀ ਲੋਕਾਂ ਨੂੰ ਕਦੀ ਇੱਥੇ ਪਾਣੀ ਨਹੀਂ ਖੜਾ ਹੋਊਗਾ, ਮੈਂ ਵਿੱਚ ਪਾਣੀ ਦੇ ਖੜ ਕੇ ਆਪ ਮੁਲਾਜ਼ਮ ਲਿਜਾ ਕੇ ਸੀਵਰੇਜ ਮੈਂ ਲੈ ਕੇ ਆਪ ਪਾਣੀ ਖਿਲਾਉਂਦਾ ਸੀ। ਅੱਜ ਦੇਖ ਲਓ ਹਲੇ ਤਾਂ ਇੱਕ ਵੀ ਬੰਦਾ ਨਹੀਂ ਜਿਹੜਾ ਇੱਥੇ ਆ ਕੇ ਸੀਵਰੇਜ ਖਿਲਾ ਸਕਦਾ, ਅਤੇ ਇੱਥੇ ਹਾਲ ਇੰਨਾ ਮਾੜਾ ਵਾ, ਲੋਕਾਂ ਦਾ ਦੁਕਾਨਦਾਰਾਂ ਦੇ ਕੱਪੜੇ ਇੰਨੇ ਖਰਾਬ ਹੋ ਰਹੇ ਆ, ਬਿਜ਼ਨਸਮੈਨ ਵਪਾਰੀ ਡੁੱਬਦਾ ਪਿਆ, ਅੱਗੇ ਕਾਰੋਬਾਰ ਹੈ ਨਹੀਂ, ਕਾਰੋਬਾਰ ਦਾ ਬੁਰਾ ਹਾਲ ਆ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਤੁਸੀਂ ਆਰਾਮ ਨਾਲ ਨੀਂਦ ਹੀ ਸੁੱਤੇ ਪਏ ਹੋ, ਇੱਥੇ ਜਾਗੋ, ਲੋਕਾਂ ਦੇ ਵਿੱਚ ਘਰ ਆਓ, ਲੋਕਾਂ ਦਾ ਸਹਿਯੋਗ ਦਿਓ, ਬਿਮਾਰੀਆਂ ਦਾ ਸਹਿਯੋਗ। ਸਾਡੇ ਮੰਤਰੀ ਸਾਹਿਬ ਸੋਮ ਪ੍ਰਕਾਸ਼ ਜੀ ਜਦੋਂ ਫਗਵਾੜੇ ਸੀਗੇ, ਉਹ ਹਰ ਬੰਦੇ ਨਾਲ ਰਲ ਕੇ ਮਿਹਨਤ ਦੀ ਔਰ ਪ੍ਰਯਾਸ ਕਰਦੇ ਸੀ। ਅੱਜ ਕਿਸੇ ਨੂੰ ਇਹ ਸੋਚ ਨਹੀਂ ਲੱਗਦੀ ਵੀ ਮੈਂ ਫਗਵਾੜੇ ਦੇ ਅੰਦਰ ਧਿਆਨ ਦੇਵਾਂ, ਵੋਟਾਂ ਲੈਣ ਨੂੰ ਅਸੀਂ ਸਾਰੇ 90 ਤੁਹਾਡੇ 92 MLA ਬਣ ਗਏ, ਪੰਜਾਬ 'ਚ ਕਿਤੇ ਕੰਮ ਨਹੀਂ ਹੋ ਰਿਹਾ, ਵਿਕਾਸ ਹੋ ਰਿਹਾ, ਡਿਵੈਲਪਮੈਂਟ ਹੋ ਨਹੀਂ ਰਹੀ, ਅਤੇ ਫਗਵਾੜੇ ਦਾ ਤੁਸੀਂ ਦੇਖੋ ਅੱਜ ਫਗਵਾੜੇ ਦਾ ਕੀ ਹਾਲ ਆ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ, ਨਾ ਇੱਥੇ SDM ਲੱਗ ਕੇ ਰਾਜੀ, ਨਾ ਕੋਈ ਅਫਸਰ ਲੱਗ ਕੇ ਰਾਜੀ, ਹਾਲ ਇੰਨਾ ਮਾੜਾ ਆ, ਬਰਸਾਤ ਦਾ ਦੇਖ ਲਓ ਪਾਣੀ ਇਹ ਕਿਤੋਂ ਨਿਕਲੂਗਾ, ਕੱਲ੍ਹ ਦਾ ਸਵੇਰ ਦਾ ਦੁਕਾਨਦਾਰ ਬੰਦ ਆ, ਰੋਜ਼ਗਾਰ ਰੋਟੀ ਪਾਣੀ ਇਹਨਾਂ ਨੇ ਕਿੱਥੇ ਖਾਣਾ ਦੁਕਾਨਦਾਰਾਂ ਨੇ, ਬਿਮਾਰੀਆਂ ਦਾ ਇੰਨਾ ਹਾਲ ਮਾੜਾ, ਮੂਹਰੇ ਤਿਉਹਾਰਾਂ ਦੇ ਦਿਨ ਆ, ਮੂਹਰੇ ਦੁਸਹਿਰਾ ਆ ਰਿਹਾ, ਦਿਵਾਲੀ ਆ ਰਹੀ।